फाजिल्का के गांव नवा सलीम शाह में वृद्ध दंपति मकान के टूट जाने के बाद झोंपड़ी बनाकर उसमें रहने को मजबूर है। उनका कहना है कि वे लोग अपने लिए पक्का मकान बनवा पाने में असमर्थ हैं और अपना गुजारा करने के लिए कर्ज लेकर अपनी झोंपड़ी के सामने ही मूंगफली बेचते हैं। उन्होंने सरकार से उनके लिए पक्का मकान बनवाने के लिए जल्द से जल्द आर्थिक मदद मुहैया करवाने की मांग की है। बड़ी परेशानी हो रही है, मैं तो बीमार भी हाँ, साह की बीमारी हैगी है, रह भी बड़ा औखा होंगे, दो बिस्तरे पानी तो भी ठंड लगती है। ये हो गया 4 महीने हो गए कल में, मकान हैगा सी बारिशा रात दिन वसी सी ते उदो डिग गया, तो मैं इतने वे इस बूहे च खड़े सी तो तू डिग गए, मैं आप बच गई, दूजे सारा भी समान टूट गया, ना साथ नहीं बनता, हाथ दिहाड़ी भी नहीं आती। असी दोनों है, मैं एक नवा गोडा पुआया है, तो सह की बीमारी नाल हुण लग गई, दवाई भी नहीं पूरी होंगी, हुण किवें पिलसन आती है कि हूँ किसी सानू मूंगफली कुदा 15 किलो लै दिती, वह वेची दा कोई 4 बन गए तो खंड चा ले लेना, बने तो चुप करते बह जावी दा, मकान का साथ नहीं हो सकता कदे भी, इनका लेंडर तो पाइए तो फिर 80,000-90,000 हो सकता है। ਸਾਡੇ ਖਾਵਣ ਨੂੰ ਨਹੀਂ, ਪੈਰੇ ਚੱਪਲ ਨਹੀਂ ਹੈ, ਕੋਈ ਚੌਲ ਕਰਨ ਨੂੰ ਨਹੀਂ ਹੈ, ਤੂੰ ਬਸ ਕੋਟਾ ਕਿਤੋਂ ਪਾਈ, ਉਦੋਂ ਕੀਤੀ ਸੀ, ਉਦੋਂ ਬਸ ਵਿਆਹੁਣ ਗੁਣ ਕਰ ਗਏ, ਕੋਈ ਸੁਣਾਈ ਨਹੀਂ ਹੋਈ ਸਾਡੀ ਵੀ। ਮਕਾਨ ਦਿੱਤਾ ਜਾਵੇ ਤਾਂ ਬੜੀ ਮਿਹਰਬਾਨੀ ਹੈ, ਨਹੀਂ ਤਾਂ ਠਰਦੇ ਤਾਂ ਪਏ ਹੀ ਬਾਹਰ ਛਾਂ ਦੀ, ਤਾਂ ਵੀ ਕਦੇ ਲੁੱਕੀ ਦਾ, ਕਦੇ ਲੁੱਕੀ ਦਾ ਮਣੇ ਚੁਣੇ, ਮੰਜੇ ਵੀ ਅਸੀਂ ਕਿਸੇ ਦਾ ਮੰਗਾ ਹੋਇਆ ਸਾਡੇ ਟੁੱਟ ਗਏ ਥੱਲੇ ਆ ਕੇ। ਮਕਾਨ ਸਰ ਬਾਰਿਸ਼ ਦੇ ਵਿੱਚ ਡਿੱਗਿਆ ਸੀ, ਬਾਰਿਸ਼ ਆਈ ਸੀ, ਬਹੁਤ ਚਿਰ ਹੋ ਗਿਆ, ਮੈਨੂੰ ਤਾਂ ਹੁਣ ਯਾਦ ਵੀ ਕੋਈ ਨਹੀਂ ਹੈਗਾ, ਰਾਤ ਦਿਨ ਬਾਰਿਸ਼ ਵੱਸੀ ਸੀ, ਉਹਦਾ ਡਿੱਗਿਆ ਸੀ ਮਕਾਨ, ਅਤੇ ਹੁਣ ਸਾਨੂੰ ਤਾਂ ਕਾਗਜ਼ ਤੱਕ ਨਹੀਂ ਮਿਲਿਆ, ਕਾਗਜ਼ ਤੱਕ ਹੋਰ ਤਾਂ ਕੀ ਚੀਜ਼, ਛੱਤ ਤਾਂ ਕੀ ਪਾਣੀ ਨੇ, ਕਾਗਜ਼ ਵੀ ਨਹੀਂ ਦਿਆ ਨੇ, ਮੁੱਲ ਲਿਆ ਕਿਸੇ ਕੋਲ ਮੰਗ ਮੁੰਗ ਤਾਂ ਲਿਆਂਦਾ ਆ, ਕਿਸੇ ਦਾ ਖਰੇ ਪਿਆ ਸੀ, ਕਾਲਾ ਜਿਹਾ ਕਾਗਜ਼ ਉੱਤੇ ਪਾਇਆ, ਪਲੀਆਂ ਆਦੀਆਂ ਜੋੜ ਜਾੜ 'ਤੇ ਲਾ ਲਈਆਂ, ਪਰੇਸ਼ਾਨੀ, ਠੰਡ ਲੱਗਦੀ, ਬੁਰੜੀ ਫਿਰ ਬਿਮਾਰ ਹੋ ਗਈ, ਬੜਾ ਔਖਾ ਰਹਿਣਾ, ਬੜਾ ਔਖਾ, ਹੁਣ ਤੁਸੀਂ ਸਰ ਆਪੇ ਵਹਿੰਦੇ ਪਏ ਜੇ, ਹੁਣ ਇਹਦੇ 'ਚ ਕੋਈ ਬਜ਼ੁਰਗ ਦੋਵੇਂ ਜਣੇ ਹੈਗੇ 80-80 ਸਾਲ ਨੂੰ ਆਪਣੇ ਪਏ, ਕਮਰਾ ਹੋਰ ਕੋਈ ਨਹੀਂ ਰਹਿਣ ਵਾਲਾ। ਖਾਸ ਤਾਂ ਮੈਂ ਅਮਰਜੀਤ ਨੂੰ ਆਖਿਆ ਸੀ, ਮੈਂ ਤਾਂ ਅਨਪੜ੍ਹ ਹੈਗਾ ਸੀ, ਅਤੇ ਮੁੰਡੇ ਨੂੰ ਆਖਿਆ ਸੀ ਵੀ ਤੂੰ ਕੋਈ ਮਾੜਾ ਜਿਹਾ ਆਸਰਾ ਕਰ ਦੇ ਮੇਰੇ ਬਾਰੇ, ਗਰੀਬਾਂ ਨੂੰ ਕੀ ਦੇਣਾ ਹੈ, ਗਰੀਬਾਂ ਨੂੰ ਤਾਂ ਰੋਟੀ ਖਾਣੀ ਔਖੀ ਹੈ, ਦਾਣੇ ਵੀ ਨਹੀਂ ਆਉਂਦੇ, ਜੇ ਟੁੱਟ ਗਏ ਭਾਂਡੇ ਟੁੱਟ ਗਏ, ਸਾਡੇ ਕੋਲ ਕੁਛ ਨਹੀਂ ਬਣਦਾ, ਫਲੱਛ ਹੈਗੀ ਨਹੀਂ, ਇੱਕ ਕਿਸ਼ਤ ਪਾਈ ਨੇ ਤੇ ਉਹਦੇ ਨਾਲ ਖੂਹੀ ਖਾਈ ਕੱਢ ਕੇ ਤੇ ਮਾੜੀ ਮੋਟੀ ਇੱਟਾਂ ਲਾਈਆਂ ਨੇ, ਹੁਣ ਉਵੇਂ ਪਈ ਹੈ। ਅਸੀਂ 3 ਜਣੇ ਹੈਗੇ, ਇੱਕ ਪੋਤਰੀ ਹੈ ਸਾਡੇ ਨਾਲ, ਤੇ 2 ਜੀ ਅਸੀਂ ਹੈਗੇ, ਸਰ ਬਹਿ ਤੇ ਰਾਤ ਕੱਟ ਲਵੀ ਦਾ ਕਿਹੜੇ ਪਾਸੇ ਚੋਂਦਾ, ਉੱਧਰ ਬਾਲਟੀ 'ਚ ਰੱਖੀ, ਅੱਗੇ ਇਵੇਂ ਬਾਲਟੀਆਂ ਟੁੱਟ ਗਈਆਂ ਨੇ, ਉਦੋਂ ਚੋਂਦਾ ਸੀ ਕੋਠਾ, ਚੋਂ ਦੇ ਵਿੱਚ ਕਢਾਈਆਂ ਬਾਲਟੀਆਂ ਰੱਖੀਆਂ, ਬੜਾ ਨੁਕਸਾਨ ਸਾਡਾ ਬੜਾ ਹੋਇਆ। ਹੁਣ ਅਸੀਂ ਆਹਨੇ ਵੀ ਕੋਈ ਛੱਤ ਛੁੱਤ ਕਿਹੜੀ ਆਉਂਦੇ ਨੇ, ਉੱਤੋਂ ਲਾਣ ਕਰਦੇ ਨੇ, ਤੇ ਅਗਾਂ ਕਿਉਂ ਨਹੀਂ ਪਹੁੰਚਦਾ, ਗਰੀਬਾਂ ਬਣੇ ਕੋਈ ਵੇਧਾ ਵੀ ਨਹੀਂ, ਚੱਲ ਕੋਈ ਵੇਖ ਤੇ ਹੌਸਲਾ ਜਿਹਾ ਬਣਾ ਜਾਵੇ, ਚੱਲ ਕਾਗਜ਼ ਇੱਕ 2 ਦੇ ਜਾਂਦੇ ਤੇ ਚੱਲ ਅਸੀਂ ਆਹਦਾ ਜਗਾੜ ਤਾਂ ਚਲਾ ਲੈਂਦੇ, ਤੇ ਛੱਤ ਦਾ ਵੇਖੋ ਹਾਲ ਕੀ ਬਣਿਆ ਪਿਆ।